ਹਲੇ ਠੀਕ ਹੋ ਤਾਂ ਬਸ ਹੈ ਠੀਕ ਹੈ ਅਰਸੀ ਬਚਪਨ ਦੇ ਯਾਦਾਂ ਮਾਲ ਤਾਜ਼ਾ ਕਰ ਲਈ ਤੈਨੂੰ ਮਿੱਟੀ ਨਾਲ ਖੇਡਦੇ ਬੈਠੇ ਦੇਖਿਆ ਛੋਟੇ ਛੋਟੇ ਟਰੈਕਟਰ ਟਰਾਲੇ ਹੁਣ ਦੇ ਵਿੱਚ ਮਿੱਟੀ ਪੈਂਦੇ ਬੈਠੇ ਦੇ ਦੇਖਣ ਭਰਨ ਦੇ ਪੈਣ ਮਿੱਟੀ ਅਤੇ ਲੋਡ ਕਰਨ ਦੇ ਬੈਠੇ ਮੈਂ ਕਿਹਾ ਅੱਜ ਇਹਨਾਂ ਦੀ ਵੀਡੀਓ ਪੜ੍ਹੂੰ ਦੇਖਾ ਵੀਡੀਓ ਬਹੁਤ ਅੱਛੀ ਬੜਸੇ ਕਿਉਂਕਿ ਹਿੰਨ ਕੁੜੇ ਤਾਂ ਸਾਗੂ ਆਪਣਾ ਬਚਪਨ ਯਾਦ ਆ ਗਏ ਜੋ ਅਸਾਂ ਬਚਪਨ ਨੇ ਕਿਵੇਂ ਕਰਦੇ ਹਾਂ ਇਹ ਮਿੱਟੀਆਂ ਵਗੈਰਾ ਪੈਂਦੇ ਹਾਂ ਟਰੈਕਟਰ ਟਰਾਲਿਆਂ ਨੇ ਗੇਂਦ 'ਤੇ ਖੇਡਦੇ ਹਾਂ ਮੇਲਾ ਜਿਵੇਂ ਉਹ ਸ਼ਰੀਫ ਵਾਲਾ ਮੇਲਾ ਆਉਂਦੇ ਮੇਲੇ ਦੇ ਉੱਤੇ ਵਹਿੰਦੇ ਹਾਂ ਇਹ ਟਰੈਕਟਰ ਟਰਾਲਿਆਂ ਵਗੈਰਾ ਗਿੰਦੇ ਹਾਂ ਅਤੇ ਮਿੱਟੀਆਂ ਲੋਡ ਕਰਦੇ ਹਾਂ ਅਰ ਸੰਗਤ ਸ਼ੁਰੂ ਤੋਂ ਬਣੋ ਇਹਦੇ ਕੋਈ ਛੋਟੇ ਛੋਟੇ ਬੱਚੇ ਨੇ ਜਿਹੜੇ ਦੇਖਾ ਮਿੱਟੀ ਪੈਂਦੇ ਖੜੇ ਦੇ ਵਾਲਾ ਇਹ ਸੜਕ ਵੀ ਆਪਣੇ ਹਿਸਾਬ ਨਾਲ ਬੜਾ ਹੀ ਖੜੇ ਉਹ ਲੋਡਰ ਤੇਰਾ ਤਰੁੱਟ ਗਏ ਇਹ ਦੇਖੋ ਇਹ ਵੀ ਦੇਖੋ ਇਹ ਕਰੇਨ ਮਸ਼ੀਨ ਹੈ ਇਹਦੇ ਕੋਲ ਟਰੈਕਟਰ ਟਰਾਲੀ ਹੈ ਇਹਦੇ ਕੋਲ ਵੀ ਟਰੈਕਟਰ ਟਰਾਲੀ ਹੈ ਟਰੈਕਟਰ ਟਰਾਲੀ ਦੇ ਜ਼ਰੀਏ ਦੇਖਾ ਇਹ ਮਿੱਟੀ ਲੋਡ ਕਰਦੇ ਪੈਂਦੇ ਲੋਡ ਕਰਦੇ ਇਹ ਰਸਤੇ ਆਪਣੇ ਬੜਾ ਹੀ ਖੜੇ ਹੁਣ ਦੇ ਜ਼ਰੀਏ ਵਹਿੰਦੇ ਪੈਣ ਆਪਣੀ ਮੰਜ਼ਿਲ ਦੇ ਉੱਤੇ ਇਹ ਮਿੱਟੀ ਸੱਟੇ ਦੇ ਪੈਣ ਸੰਗਤ ਚੈੱਕ ਕਰੇ ਸੋ ਵੀਡੀਓ ਵੀਡੀਓ ਬਹੁਤ ਅੱਛੀ ਬੜੀ ਹੈ ਸਾਡਾ ਸ਼ੁਰੂ ਥੀ ਕਿ ਆਪਣੇ ਧੂੜਕੋਟ ਦੇ ਅੰਦਰ ਇਸ ਸਾਡੇ ਹੋਟਲ ਦੇ ਆਏ ਖੜੇ ਨੇ ਇਹ ਚੈੱਕ ਕਰੇ ਸੋ ਸੰਗਤ ਇਹ ਮੇਰੀ ਬੈਕ ਸਾਈਡ 'ਤੇ ਦੇਖੋ ਇਹ ਚੈਪਰਾਂ ਦੇਖਾ ਸ਼ੁਰੂ ਥੀ ਗਏ ਹੁਣ ਦੇਖਾ ਆਉਣ ਲੱਗ ਗਏ ਦੇਖਾ ਇਹ ਹੁਣ ਗੰਦਮ ਦੀ ਕਟਾਈ ਸ਼ੁਰੂ ਥੀ ਗਏ ਆਉਣ ਕਰੀਬ ਹਰ ਇਲਾਕੇ ਦੇ ਹੁਣ ਦੇਖਾ ਸ਼ੁਰੂ ਥੀ ਵੀ ਸਾਡੇ ਕੋਲ ਤਕਰੀਬਨ ਦੇਖਾ 6-7 ਰੇਖਾ ਆ ਚੁੱਕੇ ਤਾਂ ਗੁੱਬੀਆਂ ਵੀ ਦਿਖਾਉਂਦੇ ਆ ਜਿਹੜਾ ਜਿਹੜਾ ਇੱਥਾਂ ਜਿਹੜਾ ਸਾਡੇ ਕੋਲ ਪਹੁੰਚ ਹੈ ਮੇਰੇ ਬੈਕ ਸਾਈਡ 'ਤੇ ਦੇਖੋ ਉਹ ਵੀ ਖੜੇ ਹਨ ਬੀਆਂ ਵੀ ਆਖਿਰ ਆਉਂਦਿਆਂ ਪੈਣ ਇਸ ਗੱਲ ਚੈੱਕ ਕਰੇ ਸੋ ਉਹ ਉੱਪਰਲੀ ਤਰਫ ਇਹ ਦੇਖ ਸੋ ਇੱਕ ਉਹ ਖੜੀ ਹੈ ਰੋਡ ਦੇ ਪਾਰ ਬਈ ਉੱਪਰਲੇ ਤਰਫ ਖੜੀ ਹੈ ਬਈ ਇਹ ਖੜੀ ਹੈ ਕਮ ਅਜ ਕਮ ਲੂ ਇਥੇ ਇੰਗਰ ਖੜਦਾ ਮੈਂ ਬਾਕੀ ਵੇਂਦਾ ਮੈਂ ਅਲੀਪੁਰ ਵਾਲੇ ਪਾਸੇ ਉਥੇ ਇੰਗਰ ਗੰਦਮ ਦੀ ਕਟਾਈ ਦੇਖਾ ਸ਼ੁਰੂ ਹੋਏ ਆਰ ਵੈਸਟਰ ਪਿੱਛੋਂ ਆਂਦੀ ਵੀ ਇਹ ਦੇਖਾਂ ਚੈਪਰਾਂ ਵਗੈਰਾ ਦੇਖਾਂ ਇੱਥੇ ਪਹੁੰਚਣ ਸਾਡੇ ਹੋਟਲ ਤਕਰੀਬਨ ਮਹੀਨਾ ਡੇਢ ਮਹੀਨਾ ਇੱਥੇ ਇੰਗਰ ਰਸ ਹਨ ਖਾਣਾ ਵਗੈਰਾ ਵੀ ਸਾਡੇ ਕੋਲ ਖਾਸ ਹਨ ਅਤੇ ਇੱਥੇ ਇੰਗਰ ਦੇਖਾਂ ਇਹ ਚੱਲਦੇ ਰਹੇ ਸਨ ਜੇਕਰ ਗੰਦਮ ਦੀ ਜਿੰਨੀ ਕਟਾਈ ਦੀ ਜ਼ਰੂਰਤ ਹੋਏ ਇੱਥੇ ਇੰਗਰ ਰਾਤ ਰਾਬਤਾ ਕਰ ਸਕਦੇ ਹਨ ਫੌਜੀ ਹੋਟਲ 'ਤੇ ਮੇਰਾ ਹੈਗਾ ਯੂਟਿਊਬ ਚੈਨਲ ਮਤਲਬ ਇਰਫਾਨ ਦੇ ਨਾਮ ਤੋਂ ਮੈਂ ਵੀਡੀਓ ਸ਼ੂਟ ਬਣਾਉਣਾ ਹੋਰ ਤਬੀਅਤ ਠੀਕ ਹੈ ਬਾਈ ਜੀ ਖਾਣਾ ਖਾ ਲਈਏ ਹੁਣ ਅੱਗੇ ਕਿੱਥੇ ਜਾ ਰਹੇ ਹੋ ਤੁਸੀਂ ਅੱਗੇ ਇੱਥੇ ਬਾਬਾ ਜੀ ਅਹਿਮਦਾਬਾਦ ਨਹੀਂ ਨਹੀਂ ਫਿਲਹਾਲ ਬਾਬਾ ਜੀ ਧੂੜਕੋਟ ਨਹੀਂ ਫਿਲਹਾਲ ਬਾਬਾ ਜੀ ਅਹਿਮਦਾਬਾਦ ਬਾਬਾ ਜੀ ਉਹ ਵੀ ਬੈਠੇ ਨੇ ਬਈ ਹੋਣੀ ਇਹ ਵੀ ਬੈਠੇ ਨੇ ਤਕਰੀਬਨ 15-16 ਬੰਦੇ ਹੈਗੇ ਜਿਹੜੇ ਆ ਗਏ ਨੇ ਤੇ ਹੋਰ ਹੀ ਪਿੱਛੇ ਆਣਗੇ ਚੈੱਕ ਕਰੇ ਸੋ ਰਸਤੇ ਤੋਂ ਸਮੇਂ ਦੇ ਮੈਂ ਆਇਆ ਲਾਲ ਬੋਰਡ ਕ੍ਰਾਸ ਕਰੇ ਨੇ ਵੈਸੇ ਹੁਣ ਵੀਡੀਓ ਬੜੀ ਗਿਆ ਹਾਲੇ ਜੁੜ ਰੋਲ ਫਾਰਮ ਦਿਖਾ ਜਾ ਇਰਫਾਨ ਸਿੰਘ ਕੀ ਹਾਲ ਏ ਠੀਕ ਹੋ ਸਰ ਠੀਕ ਹੈ ਮਤੀਰਾ ਕਹਿੰਦੇ ਪਏ ਨਿਕਲਦੇ ਪਏ ਹੈ ਮਤੀਰੇ ਵਾਲੇ ਕੋ ਦਿਖਾ ਇਹ ਬਈ ਜਨ ਬੇਟੇ ਮਤੀਰਾ ਹਿੰਦਵਾਣਾ ਗਿੰਦੇ ਪਏ ਇਹਦੇ ਕੋਲ ਡਬਲ ਚਾਪਰ ਕਾਟੇ ਸੀ ਮੋਟਰਸਾਈਕਲ ਦੇ ਟੰਨੇ ਸੂ ਮਤਾ ਰਸਤੇ ਵਿੱਚ ਡਾ ਬਣੇ ਥੋੜ੍ਹਾ ਬਾਜ਼ਾਰ ਦਾ ਹੀ ਮੈਂ ਦਿਖਾ ਲਿਆ
ਇਹ ਉਸ ਸ਼ਰੀਫ ਦਾ ਬਾਜ਼ਾਰ ਹੈ ਮੇਨ ਬਾਜ਼ਾਰ ਆਲ ਨਾਮ ਹੈ ਨਡੀਸ਼ਨਾ ਦਾ ਚੈਨਲ ਦੇ ਪਾਉਣੇ ਬੋਲਾ पंजा रुपए का बिया ने हमें एक किलो दुआ कराए स्ट्रॉबेरी कहने वाले निकल रहे चौक लिखा से फ्रूट बगैरा जिधर से हूं असा मेरे पे घर फ्रूट कोट की तरफ मैं थोड़ी वीडियो ऑन बढ़ा गई आपने भी क्योंकि तो आपको देखा बैक कैमरे वाले वीडियो वगैरह बड़ी है बस चार दिन होने का फ्रंट कैमरे वाले वीडियो बड़े थे वैसे मेरा गल भी असंगा ठीक होता वैसे ठीक है आज की वीडियो पूरी दिखाए वीडियो को लाइक ही कराए सब्सक्राइब करें मेरे चैनल को दबा लाइक एंड द बटन दबे सो लाजमी बड़ा ही है